ਫਿਲੌਰ ਦੇ ਮਹੱਲਾ ਚੌਧਰੀਆਂ ਵਿਖੇ ਦਿਨ ਦਿਹਾੜੇ ਚੋਰਾਂ ਵੱਲੋਂ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਰ ਦੇ ਮਾਲਕ ਸੁਖਦੇਵ ਰਾਮ ਨੇ ਦੱਸਿਆ ਕਿ ਉਸ ਦੀ ਪਤਨੀ ਘਰ ਨੂੰ ਜਿੰਦਾ ਲਗਾ ਕੇ ਬਾਜ਼ਾਰ ਗਈ ਹੋਈ ਸੀ ਤਾਂ ਬਾਅਦ ਵਿੱਚ ਗੁਆਂਢੀਆਂ ਵਾਲੇ ਪਾਸਿਓ ਸਾਡੀ ਕੰਧ ਟੱਪ ਕੇ ਚੋਰ ਘਰ ਵਿੱਚ ਦਾਖਲ ਹੋ ਗਏ ਅਤੇ ਦਰਵਾਜ਼ੇ ਦਾ ਲੋਕ ਤੋੜ ਕੇ ਬੈੱਡ ਦੇ ਦਰਾਜ਼ ਵਿੱਚ ਰੱਖੇ 25,000 ਰੁਪਏ ਚੋਰੀ ਕਰਕੇ ਜਦੋਂ ਬਾਹਰ ਜਾਣ ਲੱਗਾ ਤਾਂ ਇੰਨੇ ਨੂੰ ਮੇਰੀ ਪਤਨੀ ਘਰ ਆ ਗਈ ਅਤੇ ਚੋਰ ਵੱਲੋਂ ਘਰੋਂ ਭੱਜਣ ਵੇਲੇ ਉਸਦੇ ਘਰ ਵਿੱਚ ਪਿਆ ਗਿਣਤੀ ਦਾ ਦਸਤਾ ਉਸਨੇ ਮੇਰੀ ਔਰਤ ਦੇ ਸਿਰ ਵਿੱਚ ਮਾਰਿਆ। ਸੁਖਦੇਵ ਰਾਮ ਦੀ ਪਤਨੀ ਮਹਿੰਦਰ ਕੌਰ ਜੋ ਕਿ ਸਿਰ ਵਿੱਚ ਸੱਟ ਲੱਗਣ ਕਾਰਨ ਕਾਫੀ ਜ਼ਖਮੀ ਹੋ ਗਈ ਅਤੇ ਫਲੋਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਕੀਤੀ ਅਤੇ ਲੱਗੇ CCTV ਕੈਮਰਿਆਂ ਨੂੰ ਖੰਗਾਲਿਆ ਤਾਂ ਚੋਰ ਦੀ ਤਸਵੀਰ ਸਾਫ਼ ਨਜ਼ਰ ਆ ਰਹੀ ਸੀ, ਜਿਸ ਬਾਰੇ ਫਲੋਰ ਦੇ ਮੁਲਾਜ਼ਮ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਹੁਣ ਦੇਖਣਾ ਇਹ ਹੋਵੇਗਾ ਕਿ ਫਲੋਰ ਪੁਲਿਸ ਦਿਨ ਦਿਹਾੜੇ ਹੋਈ ਚੋਰੀ ਵਿੱਚ ਸ਼ਾਮਿਲ ਚੋਰਾਂ ਨੂੰ ਫੜੇਗੀ ਜਾਂ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਰਹਿ ਜਾਣਗੇ। ਫਲੋਰ ਤੋਂ ਅਮਰਜੀਤ ਸਿੰਘ ਮੋਨੂ ਦੀ ਖਾਸ ਰਿਪੋਰਟ। ਕੀ ਗੱਲ ਹੋਈ? ਸਾਡੇ ਘਰ ਮੈਂ ਸਬਜ਼ੀ ਲੈਣ ਗਈ ਸੀਗੀ, ਸਾਡੇ ਘਰ ਚੋਰ ਆ ਵੜਿਆ ਸੀ। ਜਦੋਂ ਮੈਂ ਆਈ ਉਹਨੇ ਮੇਰੇ ਸਿਰ 'ਤੇ ਗਲਟੀ ਮਾਰੀ ਅਤੇ ਮੈਂ ਬੇਹੋਸ਼ ਹੋ ਕੇ ਡਿੱਗ ਪਈ। ਮੈਂ ਬਾਹਰ ਨਿਕਲ ਕੇ ਰੌਲਾ ਪਾਇਆ ਤਾਂ ਨੱਠ ਗਿਆ ਜਾਂਦਾ। ਕੀ ਚੋਰੀ ਕਰਕੇ ਲੈ ਗਿਆ? ਚੋਰੀ ਉਹਨੇ ਪੈਸੇ ਕਰ ਲਏ 25,000 ਰੁਪਏ। ਅੱਛਾ, ਦੁਪਹਿਰ ਨੂੰ ਲੈ ਕੇ? ਹਾਂਜੀ। ਭਾਅ ਜੀ ਕੀ ਗੱਲ ਹੋਈ? ਸਾਡੇ ਇਹਨਾਂ 'ਚ ਦੁਪਹਿਰੇ 12 ਵਜੇ ਤੋਂ ਬਾਅਦ ਮੈਂ ਲੁਧਿਆਣੇ ਗਿਆ ਹੋਇਆ ਸੀਗਾ ਅਤੇ ਘਰ ਵਾਲੀ ਮੇਰੀ ਸਬਜ਼ੀ ਲੈਣ ਗਈ ਸੀ ਖਾਣ ਤੋਂ। ਮੁੰਡਾ ਮੇਰਾ ਸਕੂਲੇ ਸੀਗਾ, ਚੋਰ ਸਾਡੇ ਨਾਲ ਦੇ ਗੁਆਂਢੀਆਂ ਦੀ ਗੇਟ ਉੱਤੋਂ ਦੀ ਚੜ੍ਹਿਆ ਸਾਡੇ ਘਰ 'ਚ ਚੜ੍ਹ ਕੇ ਉਹਨੇ ਸਾਡੇ ਲੌਕ ਭੰਨੇ, ਅੰਦਰੋਂ ਪੈਸੇ ਕੱਢੇ ਆ, 25,000 ਰੁਪਇਆ ਮੈਂ ਰੱਖਿਆ ਸੀਗਾ ਉਹ ਲੈ ਗਏ ਅਤੇ ਮੇਰੀ ਜਦੋਂ ਹੀ ਘਰ ਵਾਲੀ ਨੇ ਗੇਟ ਖੋਲ੍ਹ ਕੇ ਅੰਦਰ ਵੜੀ ਆ, ਇਹਦੇ ਪਿੱਛੋਂ ਦੀ ਜਾ ਕੇ ਉਹਨੇ ਉਹ ਮਾਰੀ ਆ ਗਿਣਤੀ ਮਾਰੀ ਜਿਹੜੀ ਬਿਨਾਂ ਦਸਤੇ ਤੋਂ ਕੱਢੀ ਹੋਈ ਸੀ, ਜਿਹਦੇ ਕਰਕੇ ਸਾਰਾ ਪਿੱਛੇ ਸਰੀਰ ਸਿਰ ਸਾਰਾ ਸੁੱਜਿਆ ਪਿਆ ਆ। ਹੁਣ ਤੁਹਾਡੇ ਸਾਹਮਣੇ ਦਾਖਲ ਕਰਾਈ ਪਈ ਆ। ਚੋਰੀ ਕੀ ਹੋਇਆ? ਚੋਰੀ ਮੇਰਾ 25,000 ਰੁਪਇਆ ਰੱਖਿਆ ਸੀ ਮੈਂ ਬੈੱਡ ਦੇ ਵਿੱਚ, ਉਹ ਲੈ ਨਹੀਂ ਗਏ, ਉਹ ਲੈ ਗਏ। ਇੱਕ ਮੇਰਾ ਮੋਬਾਈਲ ਫੋਨ ਸੀ ਉਹਦੇ ਦੌੜਦੇ ਦੇ ਰਸਤੇ 'ਚ ਡਿੱਗ ਪਿਆ ਸੀ, ਉਹ ਸਾਨੂੰ ਮਿਲ ਗਿਆ। ਉਹਦਾ ਨਹੀਂ, ਸਾਡਾ ਹੀ ਸੀਗਾ, ਸਾਡਾ ਹੀ ਚੱਕ ਕੇ ਲੱਗਿਆ ਸੀਗਾ, ਉਹ ਸਾਨੂੰ ਮਿਲ ਗਿਆ। ਪੁਲਿਸ ਨੂੰ ਕੰਪਲੇਂਟ ਕਰਤੀ? ਹਾਂਜੀ, ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਆ। ਮੌਕੇ 'ਤੇ ਆ ਕੇ ਦੇਖ ਗਏ ਆ ਪੁਲਿਸ ਵਾਲੇ, ਦੇਖੋ ਕਾਰਵਾਈ ਕਰ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।